ਅੱਜ ਹੀ ਡਾਊਟਨੈਟ ਐਪ ਡਾਊਨਲੋਡ ਕਰੋ। ਡਾਊਟਨੈਟ 'ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ, ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ, ਉਹ ਵੀ ਪੰਜਾਬੀ ਵਿੱਚ। ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ, ਉਸਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲਿਊਸ਼ਨ ਪਾਓ। ਅਤੇ ਅਜਿਹੇ ਹੀ ਹੋਰ ਵੀਡੀਓ ਦੇਖਣ ਲਈ ਡਾਊਟਨੈਟ ਪੰਜਾਬੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। हेलो बच्चों, आज का अपना सवाल है, कैन यू स्टोर कॉपर सल्फेट सॉल्यूशन इन द जिंक पॉट। यानी कि आपां की कह रहे हैं, आपां कॉपर सल्फेट का सॉल्यूशन है, CuSO4 का सॉल्यूशन है, उन्हें आपां जिंक पॉट दे विच रखना है। सो कैन यू स्टोर, ठीक है, आंसर है बच्चों अपना नो। क्यों नहीं आपां स्टोर कर सकते? क्योंकि पहला इतने ऑक्सीडेशन स्टेट देखो, कॉपर जो है अपना वो किस ऑक्सीडेशन स्टेट दे विच है? ओ प्लस टू दे विच है, सल्फेट है माइनस टू दे विच, ठीक है, जिंक है जीरो ऑक्सीडेशन स्टेट दे विच। जदों आपां इन्हां दोनों नूं रखदे आं इकट्ठा एक दूसरे दे कॉन्टैक्ट दे विच, अपना जो फाइनल जो प्रोडक्ट बनदे आ ओह बनदे आ अपना जिंक सल्फेट बन जांदा है, ते अपना की बन जांदा है, कॉपर बन जांदा है। इत्थे यानी कि इत्थे जो जिंक आ गया अपना ਉਹ ਆ ਗਿਆ ਪਲੱਸ 2 ਆਕਸੀਡੇਸ਼ਨ ਸਟੇਟ ਦੇ ਵਿੱਚ, ਸਲਫੇਟ ਮਾਈਨਸ 2 ਦੇ ਵਿੱਚ, ਕਾਪਰ 0 ਦੇ ਵਿੱਚ। ਇਹ ਜੋ ਸਾਰਾ ਚੇਂਜ ਹੋਇਆ ਹੈ ਉਹ ਕਿਵੇਂ ਹੋਇਆ ਹੈ? ਤੁਸੀਂ ਖੁਦ ਦੇਖੋ ਕਿ ਜੋ ਕਾਪਰ ਹੈ ਆਪਣਾ, ਕਾਪਰ ਪਲੱਸ 2 ਤੋਂ ਚਲਾ ਗਿਆ 0 ਦੇ ਵਿੱਚ। ਅਗਰ ਉਹ ਪਲੱਸ 2 ਤੋਂ 0 ਦੇ ਵਿੱਚ ਗਿਆ ਹੈ, ਉਹਦੀ ਕੀ ਹੋਈ ਹੈ? ਉਹਦੀ ਹੋਈ ਹੈ ਆਪਣੇ ਕੋਲ ਰਿਡਕਸ਼ਨ, ਕਿਉਂਕਿ ਆਕਸੀਡੇਸ਼ਨ ਨੰਬਰ ਜਦੋਂ ਆਕਸੀਡੇਸ਼ਨ ਸਟੇਟ ਜਦੋਂ ਘਟਦੀ ਹੈ ਉਦੋਂ ਰਿਡਕਸ਼ਨ ਹੁੰਦਾ ਹੈ, ਤੇ ਆਕਸੀਡੇਸ਼ਨ ਸਟੇਟ ਜਦੋਂ ਵੱਧਦੀ ਹੈ 0 ਟੂ ਚਲਾ ਗਿਆ ਪਲੱਸ 2, ਜਦੋਂ ਆਕਸੀਡੇਸ਼ਨ ਸਟੇਟ ਵੱਧਦੀ ਹੈ ਉਦੋਂ ਕੀ ਹੁੰਦਾ ਹੈ ਆਪਣੇ ਕੋਲ? ਆਕਸੀਡੇਸ਼ਨ ਹੁੰਦਾ ਹੈ, ਠੀਕ ਹੈ। ਇਹ ਕਿਉਂ ਹੋਇਆ ਆਪਣੇ ਕੋਲੇ? ਇਹ ਇਸ ਲਈ ਹੋਇਆ ਕਿਉਂਕਿ ਆਹ ਦੇਖੋ, ਆ ਜੋ ਆਪਣੇ ਕੋਲੇ ਟੇਬਲ ਬਣਿਆ ਹੋਇਆ, ਰਿਡਕਸ਼ਨ ਪੋਟੈਂਸ਼ੀਅਲ ਦੀਆਂ ਵੈਲਿਊਜ਼ ਦਿੱਤੀਆਂ ਹੋਈਆਂ ਜੋ ਕਿ ਐਕਸਪੈਰੀਮੈਂਟਲ ਹੈ, ਠੀਕ ਹੈ। ਉਹਦੇ ਵਿੱਚ ਅਗਰ ਤੁਸੀਂ ਕਾਪਰ ਦੀ ਰਿਡਕਸ਼ਨ ਪੋਟੈਂਸ਼ੀਅਲ ਦੀ ਵੈਲਿਊ ਦੇਖਦੇ ਹੋ, ਉਹ ਹੈ ਪਲੱਸ 0.34। ਅਗਰ ਤੁਸੀਂ ਜ਼ਿੰਕ ਦੀ ਰਿਡਕਸ਼ਨ ਪੋਟੈਂਸ਼ੀਅਲ ਦੀ ਵੈਲਿਊ ਦੇਖਦੇ ਹੋ, ਉਹ ਕੀ ਹੈ? -0.76। ਤੋਂ ਜ਼ਿਆਦਾ ਰਿਡਕਸ਼ਨ ਪੋਟੈਂਸ਼ੀਅਲ ਦੀ ਵੈਲਿਊ ਕਿਹਦੀ ਹੋਈ? +0.34 ਵਾਲੀ। +0.34 ਵਾਲਾ ਕੌਣ ਸੀ ਆਪਣੇ ਕੋਲੇ? ਉਹ ਸੀ ਆਪਣੇ ਕੋਲੇ ਕਾਪਰ। ਯਾਨੀ ਕਿ ਕਾਪਰ ਦੀ ਜ਼ਿਆਦਾ ਰਿਡਕਸ਼ਨ ਪੋਟੈਂਸ਼ੀਅਲ ਦੀ ਵੈਲਿਊ, ਯਾਨੀ ਕਿ ਕਾਪਰ ਕੀ ਹੋਣਾ ਚਾਹੁੰਦਾ ਹੈ? ਰਿਡਿਊਸ ਹੋਣਾ ਚਾਹੁੰਦਾ ਹੈ। ਇਸੇ ਕਰਕੇ ਕਾਪਰ ਆਕਸੀਡਾਈਜ਼ਡ ਫਾਰਮ ਦੇ ਵਿੱਚ ਸੀਗਾ, ਤੇ ਉਹ ਕੀ ਹੋਇਆ? ਰਿਡਿਊਸ ਹੋ ਕੇ ਕਾਪਰ ਪਲੱਸ ਬਣਾਤਾ, ਕਿਉਂਕਿ ਉਹ ਹੋਣਾ ਚਾਹੁੰਦਾ ਸੀ ਰਿਡਿਊਸ, ਕਿਉਂਕਿ ਉਹ ਰਿਡਕਸ਼ਨ ਪੋਟੈਂਸ਼ੀਅਲ ਦੀ ਵੈਲਿਊ ਜ਼ਿਆਦਾ ਸੀਗੀ। ਐਂਡ ਅਗਰ ਆਪਾਂ ਜ਼ਿੰਕ ਦੀ ਗੱਲ ਕਰਦੇ ਆ, ਤੇ ਜ਼ਿੰਕ ਦੀ ਰਿਡਕਸ਼ਨ ਪੋਟੈਂਸ਼ੀਅਲ ਦੀ ਵੈਲਿਊ ਘੱਟ ਸੀ, ਇਵਨ 네ਗੇਟਿਵ ਜੀ ਸੀ, ਯਾਨੀ ਕਿ ਉਹ ਕੀ ਹੋਣਾ ਚਾਹੁੰਦਾ ਹੈ? ਆਕਸੀਡਾਈਜ਼ ਹੋਣਾ ਚਾਹੁੰਦਾ ਹੈ, ਠੀਕ ਹੈ। ਰਿਡਕਸ਼ਨ ਪੋਟੈਂਸ਼ੀਅਲ ਮਤਲਬ ਰਿਡਿਊਸ ਹੋਣ ਦੀ ਕੈਪੇਬਿਲਿਟੀ ਕਿੰਨੀ ਹੈ। ਜਿੰਨੀ ਜ਼ਿਆਦਾ ਵੈਲਿਊ ਹੋਏਗੀ ਰਿਡਕਸ਼ਨ ਪੋਟੈਂਸ਼ੀਅਲ ਦੀ, ਮਤਲਬ ਰਿਡਿਊਸ ਹੋਣ ਦੀ ਕੈਪੇਬਿਲਿਟੀ ਜਿੰਨੀ ਜ਼ਿਆਦਾ ਹੋਏਗੀ, ਉਹਨਾਂ ਰਿਡਿਊਸ ਹੋ ਸਕਦਾ ਹੈ। ਇਸੇ ਕਰਕੇ ਕਾਪਰ ਰਿਡਿਊਸ ਹੋ ਗਿਆ। ਬਟ ਅਗਰ ਆਪਾਂ ਜ਼ਿੰਕ ਦੀ ਗੱਲ ਕਰੀਏ, ਤੇ ਜ਼ਿੰਕ ਦੀ ਜੋ ਵੈਲਿਊ ਹੈ ਉਹ ਆਈ ਹੈ -76, -0.76। ਦੈਟ ਮੀਨਸ ਕਿ ਉਹ ਰਿਡਕਸ਼ਨ ਪੋਟੈਂਸ਼ੀਅਲ ਦੀ ਵੈਲਿਊ ਬਹੁਤ ਜ਼ਿਆਦਾ ਘੱਟ ਹੈ। ਅਗਰ ਬਹੁਤ ਜ਼ਿਆਦਾ ਘੱਟ ਹੈ, ਦੈਟ ਮੀਨਸ ਉਹ ਆਕਸੀਡਾਈਜ਼ ਹੋਣਾ ਚਾਹੁੰਦਾ ਹੈ। ਇਸੇ ਕਰਕੇ ਜ਼ਿੰਕ ਦੀ ਇੱਥੇ ਆਕਸੀਡੇਸ਼ਨ ਹੋ ਗਈ। ਥੈਂਕ ਯੂ।